ਕੰਨ ਵਿੱਚ ਯੇਸੂ ਆ ਜਾਂਦਾ ਉਹ ਰਹਿੰਦੀ ਉੱਥੇ ਕਾਸੇ ਦੀ ਥੋੜ ਨਹੀਂ ਹੋ ਜਿਸ ਘਰ ਮੇ ਯੇਸੂ ਆ ਜਾਂਦਾ ਉਸ ਘਰ ਮੇ ਕਿਸੇ ਚੀਜ਼ ਕੀ ਖੱਟੀ ਕਮੀ ਨਹੀਂ ਰਹਿਤੀ ਜਿਸ ਘਰ ਵਿੱਚ ਯੇਸੂ ਆ ਜਾਂਦਾ ਉੱਥੇ ਕਾਸੇ ਦੀ ਥੋੜ ਨਹੀਂ ਹੋ ਪਾਣੀ ਤੋਂ ਮੈਂ ਫਿਰ ਬਣ ਜਾਂਦੀ ਦੇ ਲੱਗਦਾ ਵੇਲਣੇ ਆਦਾ ਜ਼ੋਰ ਨਹੀਂ ਹੋ ਪਾਣੀ ਸੇ ਦਾਖਰਸ ਬਣ ਜਾਤਾ ਹੈ ਉਸਕੇ ਕਹਿਣੇ ਸੇ ਉਸਕੇ ਦੇਖਣੇ ਸੇ ਪਾਣੀ ਦਾਖਰਸ ਮੇ ਬਦਲ ਜਾਤਾ ਹੈ ਔਰ ਉਸਮੇ ਕੋਈ ਮਿਹਨਤ ਮੁਸ਼ਕਤ ਕਰਨੇ ਕੀ ਜ਼ਰੂਰਤ ਨਹੀਂ ਪੜਤੀ ਕੋਈ ਬੇਲਵੇ ਜੋ ਹੈ ਵੋ ਚਲਾਣੇ ਨਹੀਂ ਪੜਤੇ ਉਸਕੇ ਨਾਮ ਮੇ ਕੁਦਰਤ ਹੈ ਉਸਕੀ ਜ਼ਬਾਨ ਮੇ ਉਸਕੇ ਸ਼ਬਦ ਮੇ ਕੁਦਰਤ ਹੈ ਆਈਏ ਉਸਦੀ ਕੁਦਰਤ ਕੋ ਬਿਆਨ ਕਰਤੀ ਹੋਈ ਇਸ ਕਵਾਲੀ ਕੋ ਗਾਏ ਮੇਰੇ ਮਹਿਬੂਬ ਮਹਿਬੂਬ ਮੇਰੇ ਮਹਿਬੂਬ ਪਿਆਰੇ ਮਸੀਹਾ ਮੇਰੇ ਮਹਿਬੂਬ ਪਿਆਰੇ ਮਸੀਹਾ ਕਿਸ ਜਗ੍ਹਾ ਤੇਰਾ ਜਲਵਾ ਨਹੀਂ ਹੈ ਕਿਸ ਜਗ੍ਹਾ ਤੇਰੀ ਸ਼ੋਹਰਤ ਨਹੀਂ ਹੈ ਕਿਸ ਜਗ੍ਹਾ ਤੇਰਾ ਚਰਚਾ ਨਹੀਂ ਹੈ ਆਈਏ ਮਿਲ ਕਰੇ ਆਵਾਜ਼ ਮੇ ਮੇਰੇ ਮਹਿਬੂਬ 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 ਮੇਰੇ ਮਹਿਬੂਬ ਮਹਿਬੂਬ ਮੇਰੇ ਮਹਿਬੂਬ 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 ਆਪਕਾ ਵੀ ਮਹਿਬੂਬ ਹੈ ਮੇਰੇ ਮਹਿਬੂਬ ਮਹਿਬੂਬ ਮੇਰਾ ਆਪਕਾ ਸਬਕਾ ਮਹਿਬੂਬ ਹੈ ਆਈਏ ਮਿਲ ਕਰ ਉਸ ਤਾਬੂਤ ਕੀ ਆਵਾਜ਼ ਕਰੇ ਉਸਕੀ ਮਹਿਮਾ ਗਾਏ ਦਿਖਾਈ ਨਹੀਂ ਦੇਤਾ ਉਸਕੇ ਕਾਨ ਵੀ ਹੈ ਵੋ ਸੁਣਦੇ ਨਹੀਂ ਵੋ ਦੇਖਦੇ ਹੋਏ ਵੀ
भी नहीं देखते और सुनते हुए भी नहीं सुनते। इसको केवल वही देख सकता है जिसकी आंखों में पर्दा नहीं, तो केवल वही सुन सकता है जिसके आत्मा के कान खुले हैं। आंख वालों ने तुझको है देखा, कान वालों ने तुझको I'm
मेरी कोशिशें बेफल है, नाकाम है, मैं नहीं कर सकता, मेरे हालात बन चुके हैं, मेरी बीमारी से मैं मरता जा रहा हूँ, मैं चंगा नहीं हो सकता। कुछ भी हो जो आपको मौत के समान दिखता है, तो खुदावन ने कलाम में लिखा है जब वो लड़की मर गई तो यीशु के पास गए, उसको उठाया और लाउट और उठ जाता है। आज वो आपसे भी यही कहेगा, इस वक्त जब प्रभु यीशु मसीह आपके बीच में चलता फिरता है, आप अपनी कंडीशन को, अपने हालात को उसको बताएं, खुदावन ये हालात मर चुके हैं, आप इसको जिंदा करें। Thank you.